ਹਾਂਜੀ ਸਤਿ ਸ਼੍ਰੀ ਅਕਾਲ ਆਪਾਂ ਕੰਪਿਊਟਰ ਕੁਐਸਚਨ ਡਿਸਕਸ ਕਰ ਰਹੇ ਹਾਂ UGC NET ਪੇਪਰ 1 ਨੰਬਰ 2021 ਹੁਣ ਆਪਾਂ ਦੇਖਦੇ ਹਾਂ 4 ਨਵੰਬਰ no., ਸੌਰੀ 4 ਜਨਵਰੀ ਸ਼ਿਫਟ 2 ਪਹਿਲਾ ਕੁਐਸਚਨ ਹੈ 블루ਟੂਥ ਇਜ਼ 블루ਟੂਥ ਕੀ ਹੈ ਵਾਇਰਲੈਸ LAN ਪ੍ਰੋਟੋਕੋਲ ਸ਼ਾਰਟ ਰੇਂਜ ਵਾਇਰਲੈਸ LAN ਤਾਂ ਨਹੀਂ ਹੋ ਸਕਦਾ ਸ਼ਾਰਟ ਰੇਂਜ ਡਾਟਾ ਟ੍ਰਾਂਸਮਿਸ਼ਨ ਪ੍ਰੋਟੋਕੋਲ ਹੋ ਸਕਦਾ ਹੈ ਇੰਟਰਪਰੇਟੇਬਲ ਮਲਟੀ ਪ੍ਰੋਟੋਕੋਲ ਨਹੀਂ ਪੀਅਰ ਟੂ ਪੀਅਰ ਨੈਟਵਰਕ ਨੈਟਵਰਕਿੰਗ ਪ੍ਰੋਟੋਕੋਲ ਨਹੀਂ ਸਹੀ ਦਾ ਆਨਸਰ ਹੈ ਬੀ ਸ਼ਾਰਟ ਰੇਂਜ ਡਾਟਾ ਟਰਾਂਸਮਿਸ਼ਨ ਪ੍ਰੋਟੋਕੋਲ ਨੈਕਸਟ ਹੈ ਵਾਟ ਇਜ਼ ਪਿਕਸਲ ਡੈਂਸਿਟੀ ਠੀਕ ਹੈ ਪਿਕਸਲ ਡੈਂਸਿਟੀ ਆਪਾਂ ਆਲਰੇਡੀ ਪਿਛਲੀ ਵੀਡੀਓ ਚ ਵੀ ਥੋੜਾ ਜਿਆ ਕੀਤਾ ਸੀਗਾ ਪਿਕਸਲ ਕੀ ਹੁੰਦੇ ਨੇ ਡਾਟਸ ਹੁੰਦੇ ਨੇ ਛੋਟੇ ਛੋਟੇ ਡਾਟਸ ਨੂੰ ਅਸੀਂ ਪਿਕਸਲ ਬੋਲਦੇ ਹਾਂ ਹਨਾ ਤਾਂ ਇੱਕ ਯੂਨਿਟਸ ਦੇ ਵਿੱਚ ਕਿੰਨੇ ਪਿਕਸਲ ਨੇ ਇੱਕ ਇੰਚ ਦੇ ਵਿੱਚ ਇੱਕ ਇੰਚ ਸਕੁਅਰ ਦੇ ਵਿੱਚ ਇੱਕ ਪਿਕਸਲ ਹੈ ਸਪੋਜ਼ ਕਰੋ ਤੇ ਇੱਥੇ 1 ਇੰਚ ਸਕੁਅਰ ਚ 2 ਪਿਕਸਲ ਹੈ ਪੀਪੀਆਈ ਪਿਕਸਲ ਪਰ ਇੰਚਸ ਹੈ ਨਾ ਇੱਥੇ ਆਪਣੇ ਕੋਲੇ 4 ਪਿਕਸਲ ਨੇ ਪਰ ਇੰਚਸ ਦੇ ਵਿੱਚ ਤੇ ਇੱਥੇ 8 ਪਿਕਸਲ ਨੇ ਪਰ ਇੰਚਸ ਦੇ ਵਿੱਚ ਹੈ ਨਾ ਤੇ ਇਹਨੂੰ ਅਸੀਂ ਬੋਲਦੇ ਹਾਂ ਪਿਕਸਲ ਡੈਂਸਿਟੀ ਜਿਵੇਂ ਇਹ 10 ਪਿਕਸਲ ਪਰ ਇੰਚਸ ਦੇ ਵਿੱਚ 10 ਪਿਕਸਲ ਨੇ ਹੈ ਨਾ ਇਸ ਤਰ੍ਹਾਂ ਕਰਕੇ ਇਹ 20 ਪਿਕਸਲ ਨੇ ਤਾਂ ਜਿੰਨੀ ਜ਼ਿਆਦਾ ਪੀਪੀਆਈ ਓਨੀ ਹੀ ਇਮੇਜ ਜਾਂ ਵੀਡੀਓ ਦੀ ਕੁਆਲਿਟੀ ਹਾਈ ਤਾਂ ਫਿਰ ਇਹ ਦੂਜਾ ਪਾ ਦੇਖਦੇ ਆ ਨੰਬਰ ਇਹ ਪਿਕਸਲ ਪਰ ਕਾਲਮਸ ਐਂਡ ਪਰ ਰੋਜ਼ ਔਨ ਅ ਮੋਨੀਟਰ ਨੰਬਰ ਆਫ ਪਿਕਸਲ ਪਰ ਸਕੁਅਰ ਸੈਂਟੀਮੀਟਰ ਨੰਬਰ ਆਫ ਪਿਕਸਲ ਥੈਟ ਮੇਕਸ ਦਾ ਇਮੇਜਸ ਇਹ ਵੀ ਠੀਕ ਹੈ ਪਿਕਸਲ ਡੈਂਸਿਟੀ ਬਾਰੇ ਪੁੱਛ ਰਿਹਾ ਤਾਂ ਪਿਕਸਲ ਦੱਸ ਰਿਹਾ ਨੰਬਰ ਆਫ ਹਾਰੀਜ਼ਨਟਲ ਐਂਡ ਵਰਟੀਕਲ ਪਿਕਸਲ ਥੈਟ ਮੇਕਸ ਅਪ ਸਕਰੀਨ ਡਿਸਪਲੇ ਇਹ ਵੀ ਨਹੀਂ ਹੈ ਤਾਂ ਇਹਦਾ ਹੈ ਨੰਬਰ ਆਫ ਪਿਕਸਲ ਪਰ ਸਕੁਅਰ ਸੈਂਟੀਮੀਟਰ ਇਹਦਾ ਬੀ ਆਨਸਰ ਹੈ ਠੀਕ ਹੈ ਹਾਂ ਨੈਕਸਟ ਕੁਐਸ਼ਨ ਹੈ 기ਵਨ ਬਲੋ ਆਰ ਟੂ ਸਟੇਟਮੈਂਟਸ ਰਿਗਾਰਡਿੰਗ ਦੀ ਜੀਪੀਜੀ ਫਾਈਲ ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ ਇਹਦੀ ਐਬ੍ਰੀਵੀਏਸ਼ਨ ਪੁੱਛ ਸਕਦਾ ਹੈ ਕਹਿੰਦਾ ਜੀਪੀਜੀ ਫਾਈਲ ਯੂਜ਼ a ਲੋਸੀ ਫਾਰਮੈਟ ਫਾਈਲ ਕੰਪ੍ਰੈਸ਼ਨ ਮੈਥਡ ਕੀ ਇਹ ਲੋਸੀ ਯੂਜ਼ ਕਰਦਾ ਹੈ ਦੋ ਤਰ੍ਹਾਂ ਦੇ ਫਾਈਲ ਫਾਰਮੈਟ ਹੁੰਦੇ ਨੇ ਲੋਸੀ ਫਾਈਲ ਫਾਰਮੈਟ ਐਂਡ ਲੋਸਲੈਸ ਲੋਸੀ ਦੇ ਵਿੱਚ ਕੀ ਹੁੰਦਾ ਲੋਸ ਕੁਆਲਿਟੀ ਟੂ ਸੇਵ ਸਪੇਸ ਤਾਂ ਡੇਟਾ ਦਾ ਕੁਝ ਪਾਰਟ ਲਾਸ ਹੋ ਜਾਂਦਾ ਹੈ ਹਨਾ ਜਿਹੜਾ ਕਿ ਇੰਨਾ ਫਰਕ ਨਹੀਂ ਪੰਦਾ ਕੁਆਲਿਟੀ ਤੇ ਜਿਵੇਂ ਆਡੀਓ ਕੁਆਲਿਟੀ ਅਸੀਂ ਆਵਾਜ਼ ਭੇਜਦੇ ਆ ਉਹਦੇ ਚ ਕੁਝ ਪੈਕੇਟ ਕੱਟੇ ਵੀ ਗਏ ਤਾਂ ਕੋਈ ਫਰਕ ਨਹੀਂ ਪੈਂਦਾ ਹਨਾ ਪਰ ਈਮੇਲ ਹੈ ਉਹਦੇ ਚ ਅਸੀਂ ਕੁਝ ਕੱਟ ਨਹੀਂ ਸਕਦੇ ਦੂਸਰਾ ਹੈ ਕੀਪ ਕੁਆਲਿਟੀ ਐਟ ਐਕਸਪੈਂਸ ਆਫ ਸਪੇਸ ਕਹਿੰਦਾ ਇਹ ਕੁਆਲਿਟੀ ਉਨੀ ਹੀ ਰੱਖਦਾ ਲਾਸਲੈਸ ਕੁਝ ਵੀ ਲਾਸ ਨਹੀਂ ਹੁੰਦਾ ਇਮੇਜ ਫਾਈਲ ਕਿਹੜੇ ਕਿਹੜੇ ਲੋਸੀ ਨੇ ਤੁਸੀਂ ਪੜ ਲੈਣੇ ਨੇ ਹੋ ਸਕਦਾ ਇਸ ਵਾਰੀ ਪੁੱਛ ਲੈ ਜੇਪੀਜੀ ਤੇ GIF ਤੇ lossless ਕਿਹੜੇ ਨੇ ਰਾ ਤੇ ਪੀएनजी ਠੀਕ ਹੈ ਸਿਮਿਲਰਲੀ ਆਡੀਓ ਦੇ ਕਿਹੜੇ ਕਿਹੜੇ ਫਾਈਲ ਫਾਰਮੈਟ ਨੇ MP3 ਤੇ OGG ਤੇ ਆਡੀਓ ਦੇ lossless wave ਤੇ flac ਹਨਾ ਇਹ ਰეკਮੈਂਡਡ ਫॉर लेस क्रूशियल ਫਾਈਲਸ ਤੇ lossless ਹੁੰਦਾ ਕ੍ਰਿਟੀਕਲ ਫਾਈਲਸ ਹੁੰਦੀਆਂ ਨੇ ਜਿਹੜੀਆਂ ਹਨਾ ਤਾਂ JPG ਆਪਾਂ ਨੂੰ ਪਤਾ ਹੈ ਲੋਸੀ ਫਾਈਲ ਫਾਰਮੈਟ ਯੂਜ਼ ਕਰਦਾ ਹੈ ਬਿਲਕੁਲ ਠੀਕ ਹੈ ਜੇ ਲੋਸੀ ਯੂਜ਼ ਕਰਦਾ ਤਾਂ ਸਾਈਜ਼ ਜਿਹੜਾ ਹੈ ਘਟ ਜਾਊਗਾ ਤਾਂ ਇਹਦੇ ਦੋਨੋਂ ਹੀ ਠੀਕ ਨੇ ਆਨਸਰ ਇਹਦਾ ਹੈ ਏ ਆਨਸਰ ਹੈ ਬੀ ਠੀਕ ਹੈ ਨੈਕਸਟ ਕੁਐਸਚਨ ਹੈ ਵਿਚ ਆਫ دی ਫੋਲੋਇੰਗ ਸਟੇਟਮੈਂਟਸ ਆਰ ਕਰੈਕਟ ਰਿਗਾਰਡਿੰਗ ਰੈਂਡਮ ਐਕਸੈਸ ਮੈਮਰੀ ਰੈਮ ਦੇ ਰਿਗਾਰਡਿੰਗ ਕਹਿੰਦਾ ਕਿਹੜੀਆਂ-ਕਿਹੜੀਆਂ ਸਟੇਟਮੈਂਟਸ ਕਰੈਕਟ ਨੇ ਜਿਵੇਂ ਪਹਿਲੀ ਸਟੇਟਮੈਂਟ ਹੈ ਇਟ ਇਜ਼ ਅ ਇਟ ਇਜ਼ ਐਨ ਇੰਟਰਨੈਟ ਚਿਪ ਵੇਅਰ ਦਾ ਡਾਟਾ ਇਜ਼ ਟੈਂਪੋਰਰਲੀ ਸਟੋਰਡ ਤਾਂ ਜਿਹਦੇ ਤੇ ਡਾਟਾ ਜਿਹੜਾ ਹੈ ਟੈਂਪੋਰਰਲੀ ਸਟੋਰਡ ਹੁੰਦਾ ਠੀਕ ਹੈ। ਇਹ ਡਿਜ਼ਾਈਨ ਇੰਟਰਨੈਟ ਚਿਪ ਹਾਂ ਇਹ ਇੰਟਰਨੈਟ ਚਿਪ ਵੇਅਰ ਦਾ ਡਾਟਾ ਇਜ਼ ਟੈਂਪੋਰਰਲੀ ਸਟੋਰਡ ਹਾਂ ਇਹਦੇ ਤੇ ਰੈਮ ਦੇ ਵਿੱਚ ਡਾਟਾ ਟੈਂਪੋਰਰਲੀ ਸਟੋਰ ਹੁੰਦਾ ਹੈ ਠੀਕ ਹੈ। ਇਟ ਸਟੋਰ ਇਟ ਸਟੋਰ ਦੀ ਪਾਰਟ ਆਫ ኦਪਰੇਟਿੰਗ ਸਿਸਟਮ ਕਰੰਟ ਇਨ ਯੂਜ਼ ਹਾਂ ਇਹ ਵੀ ਠੀਕ ਹੈ। ኦਪਰੇਟਿੰਗ ਸਿਸਟਮ ਹੈ ਜਿਹੜਾ ਉਹ ਲੋਡ ਹੁੰਦਾ ਹੈ ਹਾਰਡ ਡਿਸਕ ਤੋਂ ਸੀ ਡੀ ਵੀ ਡੀ ਤੋਂ ਰੈਮ ਦੇ ਵਿੱਚ ਹੀ ਹੁੰਦਾ ਹੈ। ਇਟ ਇਜ਼ ਯੂਜ਼ ਟੂ ਸਟੋਰ ਦੀ ਬਾਇਓਸ ਨਹੀਂ ਇਹ ਗਲਤ ਹੈ। ਕਿਉਂਕਿ ਬਾਇਓਸ ਹੈ ਜਿਹੜਾ ਉਹ ਰੋਮ ਦੇ ਵਿੱਚ ਸਟੋਰ ਹੁੰਦਾ ਹੈ। ਠੀਕ ਹੈ। ਰੋਮ ਦੇ ਵਿੱਚ ਬਾਇਓਸ ਸਟੋਰ ਹੁੰਦਾ ਹੈ ਤੇ ਇਹ ਗਲਤ ਹੈ ਇਟ ਇਜ਼ ਅ ਨਾਨ ਬੁਲੇਟਾਈਲ ਮੈਮਰੀ ਇਹ ਵੀ ਰੋਂਗ ਹੈ ਕਿਉਂਕਿ ਰੈਮ ਇਜ਼ ਅ ਬੋਲਾਟਾਈਲ ਮੈਮਰੀ ਕਲੀਅਰ ਤਾਂ A ਐਂਡ B ਕਰੈਕਟ ਨੇ A ਐਂਡ B ਦਾ C ਅਨਸਰ ਹੈ ਆਪਣੇ ਕੋਲ ਠੀਕ ਹੈ A ਆਪਾਂ ਉਹੀ ਦਿਖਾਇਆ ਹੋਇਆ ਹੈ ਬੈਕਿੰਗ ਸਟੋਰ ਦੇ ਵਿੱਚ ਪ੍ਰੋਸੈਸਸ ਹੁੰਦੀਆਂ ਨੇ ਸਵੈਪ ਆਊਟ ਤੇ ਸਵੈਪ ਇਨ ਹੁੰਦਾ ਦਾ অপারেটিং ਸਿਸਟਮ ਹੈ ਜਿਹੜਾ ਉਹ ਇੱਥੇ ਅੱਧੀ ਅੱਧੀ ਤੋਂ ਘੱਟ ਕਹਿ ਲਓ RAM ਦੇ ਵਿੱਚ ਮੇਨ ਮੈਮਰੀ ਜਾਂ RAM ਇਹਦੇ ਚ অপারেটিং ਸਿਸਟਮ ਸਟੋਰ ਹੁੰਦਾ ਹੈ ਬਾਕੀ ਦਾ ਏਰੀਆ ਯੂਜ਼ਰ ਸਪੇਸ ਹੈ ਜਿੱਥੇ ਯੂਜ਼ਰ ਦੀਆਂ ਪ੍ਰੋਸੈਸਸਿਜ਼ ਐਗਜ਼ੀਕਿਊਟ ਹੁੰਦੀਆਂ ਨੇ ਠੀਕ ਹੈ ਸੋ ਇਹਦਾ ਸੀ ਆਨਸਰ ਹੈ A ਐਂਡ B ਫਿਫਥ ਕੁਐਸਚਨ ਹੈ ਮੈਚ ਕਰਨੇ ਨੇ ਟਾਈਪਸ ਆਫ ਸੌਫਟਵੇਅਰ ਤੇ ਐਗਜ਼ਾਮਪਲ ਵਰਡ ਪ੍ਰੋਸੈਸਰ ਵਰਡ ਕਿਹੜਾ ਹੁੰਦਾ ਹੈ ਉਹ ਆ ਓਪਨ ਆਫਿਸ ਵਰਡ ਪ੍ਰੋਸੈਸਰ ਹੈਗਾ ਓਪਨ ਆਫਿਸ ਦਾ ਪਾਰਟ ਡਾਟਾਬੇਸ ਕਿਹੜਾ ਔਰੇਕਲ ਇਜ਼ ਦਾ ਡਾਟਾਬੇਸ ਓਪਰੇਟਿੰਗ ਸਿਸਟਮ ਮੈਕ ਮੈਕਾਂਟੋਸ ਯੂਟਿਲਿਟੀ ਸੌਫਟਵੇਅਰ ਕਿਹੜਾ ਐਂਟੀਵਾਇਰਸ ਤਾਂ ਏ ਦਾ ਹੈਗਾ ਅ ਸੈਕੰਡ ਏ ਦਾ ਸੈਕੰਡ ਵਰਡ ਪ੍ਰੋਸੈਸਰ ਏ ਦਾ ਸੈਕੰਡ ਇੱਕ ਦੇ ਵਿੱਚ ਹੀ ਐ ਏ ਦਾ ਸੈਕੰਡ ਬੀ ਦਾ 3 ਬਿਲਕੁਲ ਠੀਕ ਹੈ ਸੀ ਦਾ ਫਰਸਟ ਬਿਲਕੁਲ ਠੀਕ ਹੈ ਡੀ ਦਾ ਫੋਰਥ ਬਿਲਕੁਲ ਠੀਕ ਹੈ ਸੋ ਬੀ ਆਨਸਰ ਆਪਣਾ ਇਹਦਾ ਵੀ ਠੀਕ ਹੈ ਹਾਂ ਤੇ ਆਈ ਹੋਪ ਕਿ ਤੁਹਾਨੂੰ ਸਮਝ ਆ ਰਿਹਾ ਹੋਊਗਾ ਤੇ ਅੱਜ ਆਪਾਂ ਡਿਸਕਸ ਕੀਤੇ ਨੇ 4 ਜਨਵਰੀ 2022 ਸ਼ਿਫਟ 2 ਦੇ ਕੁਐਸਚਨ ਠੀਕ ਹੈ ਤਾਂ ਇੱਕੋ ਹੀ ਦੋ ਸ਼ਿਫਟ ਰਹਿ ਗਈਆਂ ਇੱਕ ਦਿਨ ਦਾ ਪੇਪਰ ਰਹਿ ਗਿਆ 5 ਜਨਵਰੀ ਦਾ ਉਹ ਆਪਾਂ ਅਗਲੀਆਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਓ ਥੈਂਕ ਯੂ